ਐਪਲੀਕੇਸ਼ਨ ਤਾਂ ਨਹੀਂ ਮੇਰੇ ਕੋਲ ਹਜੇ ਆਈ, ਜਦੋਂ ਆ ਜਾਂਦੇ ਉਹਨੂੰ ਵੈਰੀਫਾਈ ਕਰ ਲਾਂਗੇ, ਜੋ ਵੀ ਹੋਊਗੀ ਉਹਦੇ ਅਨੁਸਾਰ ਜੋ ਬਣਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਵਾਂਗੇ। ਪਰ ਮੈਂ ਇੱਥੇ ਬਤੌਰ ਮੁੱਖ ਅਫਸਰ ਥਾਣਾ, ਕਿਉਂਕਿ ਮੇਰਾ ਇਲਾਕਾ ਵਾ, ਮੈਂ ਇਲਾਕੇ ਵਿੱਚ ਮੇਰੀ ਮੋਰਲ ਡਿਊਟੀ ਆ ਕਿ ਪੀਸਫੁੱਲ ਲਾਅ ਐਂਡ ਆਰਡਰ ਮੇਨਟੇਨ ਰੱਖਿਆ ਜਾਵੇ। ਅਗਰ ਕੋਈ ਵੀ ਅਨਸਰ ਉਹੋ ਜਿਹਾ ਮਾੜਾ, ਵੋਟਾਂ ਦਾ ਮੌਕਾ ਵਾ ਔਰ ਉਸ ਚੀਜ਼ ਨਾਲ ਵੋਟਾਂ ਦਾ ਉਹਦੇ ਵਿੱਚ ਕੋਈ ਵਿਘਨ ਪਾਊਗਾ, ਉਹਨੂੰ ਕਾਨੂੰਨ ਅਨੁਸਾਰ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਅਤੇ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ, ਕਾਨੂੰਨ ਸਾਰਿਆਂ ਲਈ ਬਰਾਬਰ ਆ, ਅਤੇ ਕਾਨੂੰਨ ਦੇ ਅਨੁਸਾਰ ਉਹਦੇ ਅਗੇਂਸਟ ਜੋ ਬਣਦੀ ਕਾਰਵਾਈ ਕੀਤੀ ਜਾਵੇ। ਥਾਣਾ ਤੁਹਾਡਾ ਪੈਂਦਾ, ਇਹਨਾਂ ਨੂੰ ASI ਪ੍ਰੇਮ ਸਿੰਘ ਦਾ ਫੋਨ ਆਇਆ, ਉਹਦੀ ਵਾਇਰਲ ਹੋਈ ਹੈ ਜਿਹੜੀ ਆਡੀਓ, ਉਹ ਵੀ ਅਸੀਂ ਅਫਸਰਾਂ ਦੇ ਧਿਆਨ ਵਿੱਚ ਲਿਆਂਦੀ ਹੋਈ ਆ, ਅਫਸਰਾਂ ਦੇ ਧਿਆਨ ਵਿੱਚ ਲਿਆ ਕੇ ਉਹ ਚੈੱਕ ਕਰ ਲਾਂਗੇ, ਜੋ ਵੀ ਹੋਊਗਾ ਉਹਦੇ ਬਣਦੀ ਕਾਰਵਾਈ ਕੀਤੀ ਜਾਵੇ। ਮੈਂ ਜੀ ਅਮਿਤ ਅਰੋੜਾ, ਮੈਂ ਆਪਣੀ ਵਾਈਫ ਨੂੰ ਕਢਾਇਆ ਸੀ ਸਰਪੰਚੀ ਦੇ ਇਲੈਕਸ਼ਨ 'ਚ, ਮੈਨੂੰ ਧਮਕੀਆਂ ਆ ਰਹੀਆਂ ਸੀ ਬਹੁਤ ਜ਼ਿਆਦਾ, ਮਤਲਬ ਕਿ ਮੈਨੂੰ ਸਰ ਕੱਲ੍ਹ ਅੱਜ ਆਈ ਜੀ ਸਵੇਰੇ 10:00 'ਤੇ ਮੈਨੂੰ ਪ੍ਰੇਮ ਸਿੰਘ ਜੀ ਦੀ ASHO ਸਾਹਿਬ ਦੀ, ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਕਿ ਵੀ ਤੁਸੀਂ ਕੀ ਕਹਿੰਦੇ ਆਪਣਾ ਬੈਠ ਜਾਓ, ਬਈ ਸਰਕਾਰ ਹੈਗੀ ਆ, ਨਹੀਂ ਤਾਂ ਤੁਹਾਡੇ 'ਤੇ ਕਾਰਵਾਈ ਹੋਜੂਗੀ। ਉਹ ਮੈਂ ਉਹਦੀ ਸਾਰੀ ਰਿਕਾਰਡਿੰਗ ਕੀਤੀ ਹੋਈ ਆ। ਫਿਰ ਉਹ ਕਹਿੰਦੇ ਸੀ, ਕਹਿੰਦੇ ਮੈਂ ਕਿਹਾ ਵੀ ਮੇਰੇ ਨਾਲ ਮਹੱਲਾ ਮੇਰਾ ਜਿਹੜੇ ਮੇਰੇ ਗੁਰੂ ਤੇਗ ਬਹਾਦਰ ਨਗਰ ਆ, ਵੀ ਉਹ ਮੇਰੇ ਨਾਲ ਆ ਮੁਹੱਲਾ ਸਾਡਾ, ਵੀ ਮੈਂ ਕਿੱਦਾਂ ਬੈਠ ਜਾਵਾਂ। ਉਹ ਕਹਿੰਦੇ ਜੇ ਤੁਸੀਂ ਨਹੀਂ ਮਹੱਲਾ ਤੁਹਾਡਾ ਬੈਠਦਾ ਤਾਂ ਮੈਂ ਕਹਿੰਦਾ ਮਹੱਲੇ ਵਾਲਿਆਂ ਨੇ ਛਿੱਤਰ ਮਾਰਾਂਗਾ, ਵੀ ਛਿੱਤਰ ਮਾਰ ਕੇ ਮਹੱਲੇ ਵਾਲਿਆਂ ਨੂੰ ਵੀ ਭਜਾ ਦਾਂਗਾ। ਵੀ ਮੈਂ ਹੁਣ ਅਸੀਂ ਫਿਰ ਉੱਥੇ ਪੇਸ਼ ਹੋਏ ਸੀ ਜੀ ਕਮਿਸ਼ਨਰ ਸਾਹਿਬ ਦੇ, CP ਸਾਹਿਬ ਦੇ, ਫਿਰ SP ਲਾਂਬਾ ਜੀ ਨੇ ਸਾਨੂੰ ਪੂਰੀ ਮਤਲਬ ਕਿ ਉਹ ਸਾਡੀ ਮਦਦ ਕੀਤੀ ਹੈ ਲਾਂਬਾ ਸਾਹਿਬ ਜੀ ਨੇ, ਉਹਨਾਂ ਨੇ ਫੋਨ ਵੀ ਕੀਤਾ ਸਾਨੂੰ, ਬਕਾਇਦਾ ਪੁਲਿਸ ਭੇਜੀ, ਗੁਰਬਚਨ ਸਿੰਘ ਜੀ ਦੁਗਰੀ ਵਾਲੇ SHO ਸਾਹਿਬ ਆਏ ਹੈਗੇ ਆ, ਇਹਨਾਂ 'ਤੇ ਸਾਨੂੰ ਪੂਰਾ ਮਤਲਬ ਕਿ ਹੈਗਾ ਵਿਸ਼ਵਾਸ ਆ ਕਿ ਜੋ ਵੀ ਬਣਦੀ ਕਾਰਵਾਈ ਕਰਨਗੇ ਇਹ। ਵਿੱਚ ਕਡਵਲ ਸਰ ਦੀ ਨਾਲ ਕਾਲਡ ਵਾਟ ਲੱਗੀ ਸੀ, ਕਡਵਲ ਸਾਹਿਬ ਨਾਲ ਮੇਰੀ ਉਹਨਾਂ ਦੀ ਗੱਲ ਹੋ ਰਹੀ ਸੀ ਆਪਸ ਦੇ ਵਿੱਚ, ਉਹ ਕਹਿ ਰਹੇ ਸੀ ਕਿ ਇਹਨੂੰ ਅਮਿਤ ਅਰੋੜੇ ਨੂੰ 57 ਕਰਕੇ ਜੇਲ੍ਹ ਦੇ ਅੰਦਰ ਭੇਜ ਦਿੰਦੇ ਹਾਂ, ਬਈ ਅੱਜ ਭੇਜ ਦਿਉ। ਉਹ ਕਹਿੰਦਾ ਅੱਜ ਭੇਜ ਦਿਉ, ਕਹਿੰਦਾ ਨਹੀਂ ਨਹੀਂ ਸਰ ਅੱਜ ਨਾ ਭੇਜੋ, ਬਰਾੜ ਸਾਹਿਬ ਕੱਲ੍ਹ ਤੁਸੀਂ ਫੋਨ ਕਰੋ ਬਰਾੜ ਸਾਹਿਬ ਨੂੰ, ਬਈ ਕੱਲ੍ਹ ਇਹਨੂੰ ਭੇਜਾਂਗੇ, ਨਹੀਂ ਤਾਂ ਅੱਜ ਦੀ ਜ਼ਮਾਨਤ ਹੋ ਜਾਏਗੀ। ਤੇ ਉਹ ਬਿਜ਼ੀ ਰਹੂਗਾ, ਇਹ 2-3 ਦਿਨ ਬਿਜ਼ੀ ਰਹੂਗਾ, ਅਸੀਂ ਵੋਟਾਂ ਪਵਾ ਲਾਂਗੇ। ਬਈ ਅਸੀਂ ਸਰ ਅਸੀਂ ਇਲੈਕਸ਼ਨ ਪੂਰੇ ਜ਼ੋਰ ਸ਼ੋਰ ਨਾਲ ਲੜਾਂਗੇ, ਅਸੀਂ ਕਿਸੇ ਤੋਂ ਨਹੀਂ ਡਰਾਂਗੇ ਜੀ। ਸਾਡੇ ਮੁਹੱਲੇ ਵਾਲੇ ਮੇਰੇ ਨਾਲ ਆ, ਮੇਰੇ ਮੁਹੱਲੇ ਦੇ ਬੰਦੇ ਹੈਗੇ ਨੇ, ਤਾਂ ਮੈਂ ਆਪਣੇ ਮੁਹੱਲੇ ਦੇ ਨਾਲ ਹੈਗਾ ਸਰ, ਮੁਹੱਲੇ ਦੀ ਪੂਰੀ ਸਪੋਰਟ ਆ। ਜਿਹੜੇ ਸਾਡੇ ਮੁਹੱਲੇ ਨੂੰ ਕਹਿ ਰਹੇ ਹੈਗੇ ਅੱਜ ਦੇਖੋ ਜੀ ਕਿ ਆ ਬਈ ਮੁਹੱਲੇ ਨੂੰ ਕੁੱਟਾਂਗੇ ਅਸੀਂ, ਬਈ ਮੁਹੱਲੇ ਨੂੰ ਕੁੱਟ ਕੇ ਸਰ ਇੱਦਾਂ ਵਾ, ਉਹਨਾਂ ਨੂੰ ਕਡਵਲ ਸਪੋਰਟ ਕਰ ਰਿਹਾ ਜੀ ਆਪਣਾ ਗੁਰਮੁਖ ਸਰ ਨੂੰ, ਅੰਕਲ ਨੂੰ। ਮੇਰੀ ਹਜੇ ਤੱਕ ਉਹ MP ਸਾਹਿਬ ਨਾਲ, MP ਸਾਹਿਬ ਢੀਂਡਸਾ ਜੀ ਜਿਹੜੇ ਹੈਗੇ ਨੇ, ਉਹਨਾਂ ਦੇ ਨਾਲ ਮੇਰੇ ਦੋਸਤ ਹੈਗੇ ਆ, ਉਹਨਾਂ ਨੇ ਗੱਲ ਕੀਤੀ ਸੀ।